ਘਰ ਦੀ ਗਰੀਬੀ ਦੂਰ ਕਰਨ ਅਤੇ ਉਜਵਲ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਏ ਗੁਰਦਾਸਪੁਰ ਦੇ ਪਿੰਡ ਹਵੇਲੀ ਦੇ ਰਹਿਣ ਵਾਲੇ 42 ਸਾਲਾ ਨੌਜਵਾਨ ਦੀ ਵਿਦੇਸ਼ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। 42 ਸਾਲਾ ਰਜਿੰਦਰ ਸਿੰਘ ਪਿਛਲੇ 20 ਸਾਲ ਤੋਂ ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਕੰਮ ਕਰ ਰਿਹਾ ਸੀ ਅਤੇ ਕੱਲ੍ਹ ਘਰ ਵਾਲਿਆਂ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਉਸਦੇ ਬੇਟੇ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਦਦ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਿਸ ਦੀ ਉਮਰ 42 ਸਾਲ ਹੈ ਉਹ ਕਰੀਬ 21 ਸਾਲ ਤੋਂ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਰਹਿ ਰਿਹਾ ਸੀ ਜਿਸ ਨੇ ਦਸੰਬਰ ਮਹੀਨੇ ਭਾਰਤ ਘਰ ਆਉਣਾ ਸੀ ਪਰ ਅਚਾਨਕ ਮੌਤ ਦੀ ਖਬਰ ਸੁਣਦੇ ਹੋਏ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਛੇਤੀ ਤੋਂ ਛੇਤੀ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ ਅਤੇ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਬੇਟੇ ਦੀ ਮੌਤ ਕਿਵੇਂ ਹੋਈ ਉਸ ਦੀ ਵੀ ਜਾਂਚ ਕੀਤੀ ਜਾਵੇ। ਮੇਰੇ ਭਾਈ ਜੀ ਅੱਜ ਤੋਂ 20-21 ਸਾਲ ਪਹਿਲਾਂ ਫਰਾਂਸ ਗਏ ਸੀ ਅਤੇ ਉਹ ਪਰਸੋਂ ਸਾਨੂੰ ਉੱਥੋਂ ਕਾਲ ਆਈ ਕਿ ਇੱਦਾਂ ਉਹ ਪੂਰੇ ਹੋ ਗਏ ਆ ਅਤੇ 9 ਤਰੀਕ ਨੂੰ ਮੈਨੂੰ ਉਹਦਾ ਫੋਨ ਆਇਆ ਕਿ ਹੁਣ ਦਸੰਬਰ ਮਹੀਨੇ ਉਹ ਘਰ ਆਉਣ ਵਾਲੇ ਸੀ। 9 ਨੂੰ ਫੋਨ ਆਇਆ ਕਿ ਮੈਂ ਦਸੰਬਰ ਤੱਕ ਘਰ ਆ ਜਾਣਾ ਅਤੇ ਕੱਲ੍ਹ ਪਰਸੋਂ ਸਾਮੀ ਸਾਨੂੰ ਫੋਨ ਆਇਆ ਕਿ ਉਹਦੇ ਉਹ ਪੂਰੇ ਹੋ ਗਿਆ। ਅੱਜ ਤਾਂ ਸਾਨੂੰ ਕੋਈ ਪਤਾ ਲੱਗਾ ਕਿੱਦਾਂ ਪੂਰੇ ਹੋਇਆ ਕਿੱਦਾਂ। ਅਸੀਂ ਉੱਥੋਂ ਦੀ ਕੋਈ ਗੁਰਦੁਆਰਾ ਕਮੇਟੀ ਆ ਉਹਦੇ ਨਾਲ ਕੰਟੈਕਟ ਕੀਤਾ ਉਹ ਅੱਜ ਉਹਨਾਂ ਨੇ ਜਾਣਾ ਬੋੜੀ ਪੁਲਿਸ ਕੋਲ ਆ ਅਤੇ ਅੱਜ ਉਹ ਸਾਮੀ ਦਾ ਟਾਈਮ ਦਿੱਤਾ ਕਿ ਅੱਗੇ ਦੇਖੋ ਕੀ ਹੁੰਦਾ ਕੀ ਨਹੀਂ। ਸਰ ਇਹ 2001 'ਚ ਗਏ ਸੀ 20-21 ਸਾਲ ਹੋ ਗਏ ਉਹਨੂੰ ਗਏ ਦੇ ਅਤੇ ਉਹਦੇ ਵਾਪਸ ਨਹੀਂ ਘਰ ਆਇਆ। ਅਸੀਂ ਸਰ ਇਹੀ ਚਾਹੁੰਦੇ ਹਾਂ ਕਿ ਚਲੋ ਜੋ ਹੋ ਗਿਆ ਸਾਡੇ ਕਰਮਾਂ 'ਚ ਖੇਲ ਆ ਉਹ ਸਾਡੇ ਵੀਰ ਦੀ ਬੋਡੀ ਜਲਦੀ ਜਲਦੀ ਸਾਡੇ ਘਰ ਪੁੱਜੇ ਤਾਂ ਕਿ 21 ਸਾਲ ਬਾਅਦ ਮਾਂ ਪਿਓ ਦੇਖੋ ਕੀ ਹਾਲਤ ਹੁੰਦੀ। ਮੇਰੇ ਡੈਡੀ ਉਹਨੂੰ ਵੀ ਅਟੈਕ ਹੋਇਆ ਦਾ ਮਾਤਾ ਦਾ ਬੁਰਾ ਹਾਲ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਬੋਡੀ ਜਲਦੀ ਜਲਦੀ ਆ ਜਾਏ ਤਾਂ ਹੀ ਉਹਦਾ ਇੱਥੇ ਸੰਸਕਾਰ ਆਪਣੇ ਹਿਸਾਬ ਨਾਲ ਕਰ ਸਕੀਏ। ਇਹ ਅਨਮੈਰਿਡ ਸਰ ਸਰ ਕੋਈ ਪਤਾ ਲੱਗਾ ਉਹਨੂੰ ਕੀ ਹੋਇਆ ਕੀ ਨਹੀਂ ਉਹਦਾ ਫੋਨ ਹੀ ਆਇਆ ਸੀ। ਅੱਜ ਤਾਂ ਕੋਈ ਪਤਾ ਕਿੱਦਾਂ ਪੂਰੇ ਹੋਇਆ ਕੀ ਹੋਇਆ ਕੀ ਕੁਛ ਪਤਾ ਨਹੀਂ। ਫਰਾਂਸ ਸ਼ਹਿਰ 'ਚ ਸੀ ਉਹ ਅਤੇ ਬਿਜਲੀ ਦਾ ਕੰਮ ਕਰਦੇ ਰਹੇ ਸਰ ਅਤੇ ਰੈਗੂਲਰ ਸਾਡੇ ਨਾਲ ਗੱਲਬਾਤ ਹੁੰਦੀ ਰਹੀ 15-20 ਦਿਨ ਕੁਛ ਕੋਈ 9-15 ਤਰੀਕ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਫੋਨ ਕੀਤਾ। ਉਸ ਤੋਂ ਬਾਅਦ ਫੋਨ ਹੀ ਚੁੱਕੇ ਕੋਈ ਗੱਲਬਾਤ ਨਹੀਂ ਹੋਈ ਰੋਜ਼ ਟਰਾਈ ਮਾਰਦੇ ਰਹੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਆਉਂਦਾ। ਮੇਰਾ 2001 'ਚ ਗਏ ਸੀ ਉਹ ਹੁਣ ਉਹਨੂੰ 20 ਸਾਲ ਹੋ ਗਏ ਗਏ ਇੱਥੇ ਠੀਕ ਹੈ। ਉਹ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਸੀ ਉੱਥੇ ਸਾਨੂੰ ਇੱਕ ਫੋਨ ਹੀ ਆਇਆ ਬਾਰੋ ਬਸ ਕਿਹੜੇ ਦੇਸ਼ ਫਰਾਂਸ 'ਚ ਗਏ ਆ ਪੈਰਿਸ ਜਗ੍ਹਾ ਉੱਥੇ ਗਏ ਆ ਇਲੈਕਟ੍ਰੀਸ਼ਨ ਉੱਥੇ ਕੰਮ ਕਰਦੇ ਸੀ 20 ਸਾਲ ਉਹਨਾਂ ਨੂੰ ਹੋ ਗਿਆ। ਇੱਕੋ ਫੋਨ ਆਇਆ ਕਿ ਉਹਨਾਂ ਦੀ ਮਤਲਬ ਡੈੱਡ ਹੋ ਗਈ ਆ। ਸਾਨੂੰ ਹੋਰ ਕੋਈ ਪੁੱਛ ਨਹੀਂ ਪਤਾ ਕਿ ਹੋਇਆ ਕੀ ਹੈ ਕੀ ਹੈ। ਅਸੀਂ ਸਿਰਫ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਕਿ ਉਹਦੀ ਜਲਦੀ ਜਲਦੀ ਆਏ ਮਤਲਬ ਉਹਦੀ ਡੈੱਡ ਬੋਡੀ ਘਰ ਵਾਪਸ ਪੁੱਜੇ ਇੱਕ ਵਾਰੀ ਘਰ ਆਏ ਕੁਛ ਨਹੀਂ ਕੁਛ ਨਹੀਂ ਹੋਰ ਫੋਨ ਪਾਇਆ ਹੀ ਫੋਨ ਆਇਆ ਕਿ ਡੈੱਡ ਹੋ ਗਏ ਬਸ ਗਏ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਨੇ ਕਿ ਉਹਦੀ ਡੈੱਡ ਬੋਡੀ ਜਿਹੜੀ ਜਲਦੀ ਜਲਦੀ ਘਰ ਵਾਪਸ ਆ ਸਕੇ ਹੋਰ ਕੁਛ ਨਹੀਂ ਮੰਗ ਕਰਦੇ। ਉਹਦੀ ਉਮਰ ਵੱਧ ਹੋ ਜਾਵੇ 21-22 ਸਾਲ ਉਮਰ ਸੀ ਬਸ ਜ਼ਿਆਦਾ ਨਹੀਂ ਉਮਰ ਸਰ। ਹਾਂਜੀ ਅਨਮੈਰਿਡ ਜੀ। ਆਵਾਜ਼ ਏਕਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।